ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਰੁੱਖੀ ਰੋਟੀ ਕਹਿੰਦੇ ਰੁੱਖੀ ਰੋਟੀ ਖਾ ਕੇ ਜਿਹੜੇ ਸੰਭਾਲ ਲੈਂਦੇ ਨੇ ਅਕਾਲ ਪੁਰਖ ਦੇ ਨਾਮ ਨੂੰ, ਅਕਾਲ ਪੁਰਖ ਦੀ ਸਿੱਖਿਆ ਨੂੰ। ਹੁਣ ਰੁੱਖੀ ਰੋਟੀ ਦਾ ਭਾਵ ਕੀ ਹੈ? ਰੁੱਖੀ ਰੋਟੀ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਸਬਜ਼ੀ ਖਾਣੀ ਛੱਡ ਦਿੱਤੀ ਹੈ ਜਾਂ ਰੋਟੀ ਦੇ ਉੱਤੇ ਘਿਓ ਨਹੀਂ ਲਾਉਂਦੇ ਹੋ, ਇਹ ਨਹੀਂ ਹੈ। ਰੁੱਖੀ ਰੋਟੀ ਦਾ ਮਤਲਬ ਬਾਣੀ ਦੇ ਵਿੱਚ ਆਇਆ ਇਹ ਮਿਹਨਤ ਦੀ ਕਮਾਈ ਕਰਕੇ, ਰੋਟੀ ਜਿਹੜੀ ਕਮਾਈ ਜਾਵੇ ਨਾ, ਮਿਹਨਤ ਦੀ ਕਮਾਈ ਦੇ ਨਾਲ ਜਿਹੜਾ ਪਦਾਰਥ ਘਰ ਵਿੱਚ ਆਵੇ ਉਹਦੀ ਗੱਲ ਹੋ ਰਹੀ ਹੈ। ਆਪਾਂ ਬਾਬਾ ਫਰੀਦ ਜੀ ਦਾ ਵਾਕ ਪੜ੍ਹਦੇ ਨਾ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਹੁਣ ਉੱਥੇ ਕੇਵਲ ਇਹ ਗੱਲ ਨਹੀਂ ਆਖਦੇ ਪਏ ਵੀ ਰੁੱਖੀ ਸੁੱਖੀ ਤੂੰ ਖਾਣੀ ਹੈ, ਉੱਥੇ ਕਹਿਣ ਦਾ ਭਾਵ ਹੈ ਵੀ ਰੁੱਖੀ ਸੁੱਖੀ ਦਾ ਮਤਲਬ ਹੈ ਮਿਹਨਤ ਦੀ ਕਮਾਈ ਦੀ ਰੋਟੀ, ਮਿਹਨਤ ਦੀ ਕਮਾਈ ਦੀ ਰੋਟੀ। ਉਹ ਮਿਹਨਤ ਭਾਵੇਂ ਕਿਸੇ ਵੀ ਢੰਗ ਨਾਲ ਕੀਤੀ ਹੋਵੇ, ਭਾਵੇਂ ਬਿਜ਼ਨਸ ਵਿੱਚ, ਭਾਵੇਂ ਕੋਈ ਸਰਕਾਰੀ ਨੌਕਰੀ ਕੀਤੀ ਹੋਵੇ, ਪਰ ਇਮਾਨਦਾਰੀ ਦੀ ਕਮਾਈ ਹੋਵੇ, ਦੁਕਾਨ ਕੀਤੀ ਹੋਵੇ ਇਮਾਨਦਾਰੀ ਦੀ ਕਮਾਈ, ਉਸ ਨੂੰ ਕਹਿੰਦੇ ਰੁੱਖੀ ਰੋਟੀ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਐਵੇਂ ਕਿਸੇ ਹੋਰ ਦੇ ਵੱਲ ਵੇਖ ਕੇ ਆਪਣੇ ਜੀ ਨੂੰ ਨਾ ਤਰਸਾਈ ਵੀ ਉਹਦੇ ਕੋਲੋਂ ਮੇਰੇ ਨਾਲੋਂ ਵੱਧ ਹੈ ਅਤੇ ਮੈਂ ਕਿਤੇ ਘਪਲਾ ਕਰਕੇ ਲੈ ਨਾ ਆਵਾਂ, ਉਹਦੇ ਨਾਲੋਂ ਮੈਂ ਵੀ ਕਿਤੇ ਆਪਣੀ ਜਾਇਦਾਦ ਜ਼ਿਆਦਾ ਨਾ ਬਣਾ ਲਵਾਂ। ਇੱਕ ਵਾਕ ਹੋਰ ਹੈ ਜਿੱਥੇ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਰੋਟੀ ਮੇਰੀ ਕਾਠ ਕੀ, ਕਾਠ ਕਹਿੰਦੇ ਲੱਕੜ ਨੂੰ। ਉਹ ਭਗਤ ਮਾਲ ਦੇ ਲਿਖਾਰੀਆਂ ਨੇ ਨਾ ਬੜਾ ਧੋਖਾ ਕੀਤਾ ਵੈਸੇ, ਜਦੋਂ ਇਹਨਾਂ ਪੰਕਤੀਆਂ ਦੇ ਅਰਥ ਕੀਤੇ ਨਾ ਤੇ ਉਹ ਕਹਾਣੀਆਂ ਬਣਾ ਤੀਆਂ ਜੀ ਬਾਬੇ ਫਰੀਦ ਨੂੰ। ਬਾਬੇ ਫਰੀਦ ਨਾ ਜੰਗਲ ਦੇ ਵਿੱਚ ਚਲ ਗਏ, ਜਦੋਂ ਜੰਗਲ ਦੇ ਵਿੱਚ ਗਏ ਤੇ ਉਹਨਾਂ ਨੇ ਨਾ ਜੀ, ਹੁਣ ਰੋਟੀ ਤੇ ਉੱਥੇ ਪਕਾ ਨਹੀਂ ਸੀ ਸਕਦੇ ਵੀ, ਇੱਕ ਉਹਨਾਂ ਨੇ ਲੱਕੜ ਨੂੰ ਨਾ ਗੋਲ ਕੱਟ ਲਿਆ, ਰੋਟੀ ਦੀ ਸ਼ੇਪ 'ਚ ਕੱਟ ਲਿਆ ਤੇ ਉਹਨੂੰ ਨਾ ਆਪਣੇ ਗਲ ਵਿੱਚ ਲਮਕਾ ਲਿਆ, ਤੇ ਜਦੋਂ ਭੁੱਖ ਲੱਗਦੀ ਸੀ ਨਾ ਉਹ ਲੱਕੜ ਨੂੰ ਚੱਕ ਮਾਰ ਲੈਂਦੇ ਸੀ ਇੱਕ ਵਾਰੀ, ਤੇ ਇੱਦਾਂ ਉਹਨਾਂ ਦੀ ਭੁੱਖ ਮਿਟ ਜਾਂਦੀ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਇਹ ਕਹਾਣੀਆਂ ਬਾਬੇ ਸੁਣਾ ਜਾਂਦੇ ਨੇ ਵੀ ਉਹ ਲੱਕੜ ਦੀ ਰੋਟੀ ਬਣਾ ਕੇ ਗਲ 'ਚ ਪਾਈ ਸੀ, ਜਦੋਂ ਭੁੱਖ ਲੱਗਦੀ ਚੱਕ ਮਾਰ ਲੈਂਦੇ ਸੀ। ਹੁਣ ਲੱਕੜ ਦੀ ਰੋਟੀ ਤੁਸੀਂ ਹੁੰਦੀ, ਪਹਿਲੀ ਗੱਲ ਲੱਕੜ ਦੀ ਤਾਂ ਕੋਈ ਰੋਟੀ ਨਹੀਂ ਹੁੰਦੀ, ਤੇ ਜੇ ਮੰਨ ਲਓ ਚੱਕ ਮਾਰ ਵੀ ਲਿਆ ਤੇ ਅੰਦਰ ਥੋੜ੍ਹਾ ਨਾ ਜਾਣਾ, ਭੁੱਖ ਕਿਤੋਂ ਮਿਟ ਜਾਣੀ ਹੈ। ਵੀ ਇੰਨੇ ਮਹਾਨ ਪੁਰਖਾਂ ਨੂੰ ਵੀ, ਮਹਾਂਪੁਰਖਾਂ ਨੂੰ ਵੀ, ਬਾਬਾ ਫਰੀਦ ਜੀ ਵਰਗਿਆਂ ਨੂੰ ਇਹੋ ਜਿਹੇ ਭਗਤ ਮਾਲ ਦੇ ਲਿਖਾਰੀਆਂ ਨੇ ਮੂਰਖ ਬਣਾ ਕੇ ਪੇਸ਼ ਕੀਤਾ, ਤੇ ਸਾਧ ਬਾਬਿਆਂ ਨੇ ਕਹਾਣੀਆਂ ਸੁਣਾਈਆਂ, ਸਾਡੇ ਲੋਕ ਸੁਣਦੇ ਰਹੇ। ਹੁਣ ਮਤਲਬ ਕੀ ਹੈ? ਰੋਟੀ ਮੇਰੀ ਕਾਠ ਕੀ, ਉਹ ਰੋਟੀ ਮੇਰੀ ਕਾਠ ਕੀ ਦਾ ਮਤਲਬ ਹੈ, ਬਾਬਾ ਕਬੀਰ ਜੀ ਕਹਿੰਦੇ ਮੇਰੀ ਰੋਟੀ ਜਿਹੜੀ ਨਾ ਇਮਾਨਦਾਰੀ ਦੀ ਕਮਾਈ ਦੀ ਹੈ, ਕਰੜੀ ਮਿਹਨਤ ਕੀਤੀ ਹੋਈ ਹੈ, ਇਹ ਮੈਂ ਤਾਂ ਉੱਥੋਂ ਕਮਾਈ ਹੈ ਮਿਹਨਤ ਕਰਕੇ, ਐਵੇਂ ਨਹੀਂ ਕਮਾ ਲਈ। ਰੋਟੀ ਮੇਰੀ ਕਾਠ ਕੀ ਲਾਵਣ, ਲਾਵਣ ਕਹਿੰਦੇ ਸਬਜ਼ੀ ਨੂੰ, ਲਾਵਣ ਮੇਰੀ ਭੁੱਖ, ਕਹਿੰਦੇ ਮੇਰੀ ਭੁੱਖ ਜਿਹੜੀ ਹੈ ਨਾ ਉਹੀ ਸਬਜ਼ੀ ਬਣੀ ਹੋਈ ਮੇਰੇ ਵਾਸਤੇ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਜਿਨ੍ਹਾਂ ਖਾਧੀ ਚੋਪੜੀ, ਬਾਬਿਆਂ ਨੇ ਇਹਦੇ ਅਰਥ ਵੀ ਇਹੀ ਕੀਤੇ ਵੀ ਜਿਹੜੇ ਚੋਪੜ ਕੇ ਫੁਲਕਾ ਛਕਦੇ ਨੇ ਨਾ ਦੁੱਖ ਹੀ ਸਹਿਣੇ ਪੈਣੇ ਤੁਹਾਨੂੰ, ਉੱਥੇ ਚੋਪੜ ਕੇ ਉਹਦੀ ਗੱਲ ਨਹੀਂ ਸੀ ਹੋ ਰਹੀ, ਉੱਥੇ ਚੋਪੜ ਕੇ ਰੋਟੀ ਦਾ ਭਾਵ ਹੈ ਸਮਝਣਾ ਪਵੇਗਾ, ਭਾਵ ਹੈ ਦੋ ਨੰਬਰ ਦੀ ਕਮਾਈ। ਜਿਨ੍ਹਾਂ ਨੇ ਦੋ ਨੰਬਰ ਦੀ ਕਮਾਈ ਕਰ ਕਰਕੇ ਚੰਗੀਆਂ ਚੋਪੜੀਆਂ ਨੇ ਨਾ ਘਣੇ ਸਹਿਣਗੇ ਦੁੱਖ, ਦੁੱਖ ਤਾਂ ਉਹਨਾਂ ਨੂੰ ਸਹਿਣੇ ਪੈਣੇ ਨੇ। ਹੁਣ ਜੇ ਕੋਈ ਇਮਾਨਦਾਰੀ ਦੀ ਕਮਾਈ ਕਰਦਾ ਹੋਵੇ, ਇੱਕ ਨੰਬਰ ਦੀ ਕਮਾਈ ਕਰਦਾ ਹੋਵੇ ਤੇ ਸਬਜ਼ੀ ਵਿੱਚ ਘਿਓ ਪਾ ਰਿਹਾ ਪ੍ਰਸ਼ਾਦੇ ਉੱਤੇ, ਜੇ ਘਿਓ ਲਾ ਰਿਹਾ ਤੇ ਮਾੜੀ ਗੱਲ ਨਹੀਂ ਹੈ, ਖਾ ਸਕਦਾ ਹੈ ਅਗਲਾ, ਜੇ ਸਰੀਰ ਪਹੁੰਚਾਉਂਦਾ ਹੈ ਤੇ ਖਾ ਲਵੇ। ਪਰ ਜਿਹੜਾ ਦੋ ਨੰਬਰ ਦੀ ਕਮਾਈ ਕਰਦਾ ਹੈ ਨਾ, ਗੱਲ ਉਹਦੀ ਹੋ ਰਹੀ ਹੈ ਉੱਥੇ। ਪਰ ਗੁੰਮਰਾਹ ਕੀਤਾ ਗਿਆ ਸਾਡੇ ਸਮਾਜ ਨੂੰ। ਹੁਣ ਗੁਰੂ ਸਾਹਿਬ ਨੇ ਕੀ ਆਖਿਆ? ਹਰ ਰੁੱਖੀ ਰੋਟੀ ਖਾਏ ਸੰਭਾਲੇ,
ਕਹਿੰਦੇ ਜਿਹੜਾ ਇਮਾਨਦਾਰੀ ਦੀ ਕਮਾਈ ਕਰਕੇ ਅਕਾਲ ਪੁਰਖ ਨੂੰ ਸੰਭਾਲਦਾ ਏ, ਹਰ ਅੰਤਰ ਬਾਹਰ ਨਦਰ ਨਿਹਾਲੇ, ਹਰੀ ਅਕਾਲ ਪੁਰਖ ਪਰਮਾਤਮਾ ਅੰਦਰੋਂ ਵੀ ਤੇ ਬਾਹਰੋਂ ਵੀ ਉਹਦੇ ਉੱਤੇ ਆਪਣੀ ਨਦਰ ਬਣਾਈ ਰੱਖਦਾ। ਨਦਰ ਦਾ ਮਤਲਬ ਹੁੰਦਾ ਕਿਰਪਾ। ਅੰਦਰ ਵੀ ਨਦਰ ਬਣ ਗਈ ਭਾਵ ਹੁਣ ਉਹਦੇ ਅੰਦਰ ਕੋਈ ਭੈੜੇ ਵਿਚਾਰ ਨਹੀਂ ਰਹਿ ਗਏ, ਤੇ ਜੇ ਭੈੜੇ ਵਿਚਾਰ ਨਹੀਂ ਨਾ ਰਹਿ ਗਏ ਤੇ ਬਾਹਰਲੇ ਤੌਰ ਦੇ ਉੱਤੇ ਅੱਖਾਂ ਨਾਲ ਵੀ ਮਾੜਾ ਨਹੀਂ ਵੇਖੇਗਾ। ਬਾਹਰ ਵੀ ਕਿਰਪਾ ਹੋ ਗਈ, ਅੰਦਰ ਵੀ ਕਿਰਪਾ ਹੋ ਗਈ। ਜ਼ੁਬਾਨ ਤੋਂ ਮਾੜਾ ਨਹੀਂ ਬੋਲੇਗਾ, ਕੰਨਾਂ ਤੋਂ ਮਾੜਾ ਨਹੀਂ ਸੁਣੇਗਾ, ਹਰ ਅੰਤਰ ਬਾਹਰ ਨਦਰ ਨਿਹਾਲੇ। ਤੇ ਇੱਕ ਬੇਨਤੀ ਕਰਾਂ, ਗੁਰੂ ਦੀ ਕਿਰਪਾ ਹੁੰਦੀ ਕਿਵੇਂ ਹੈ? ਆਪਾਂ ਆ ਕੇ ਇੱਥੇ ਹੱਥ ਜੋੜ ਕੇ ਅਰਦਾਸ ਕਰੀ ਜਾਈਏ, ਗੁਰੂ ਜੀ ਕਿਰਪਾ ਕਰ ਦਿਓ, ਗੁਰੂ ਜੀ ਕਿਰਪਾ ਕਰ ਦਿਓ, ਗੁਰੂ ਜੀ ਕਿਰਪਾ ਕਰ ਦਿਓ, ਕੀ ਹੋ ਜੂਗੀ? ਬਸ ਇੱਕੋ ਫੰਡਾ ਜੇ, ਇੱਕੋ ਤਰੀਕਾ ਜੇ, ਇਹਦਾ ਇੱਕੋ ਤਰੀਕਾ ਜੇ ਜਿਹਦੇ ਨਾਲ ਕਿਰਪਾ ਹੋਣੀ ਹੈ, ਉਹ ਗੁਰੂ ਸਾਹਿਬ ਨੂੰ ਪੁੱਛ ਲਓ। ਮਨ ਵੇਚੈ ਸਤਿਗੁਰ ਕੈ ਪਾਸ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ। ਮਨ ਵੇਚੈ ਸਤਿਗੁਰ ਕੈ ਪਾਸ, ਕੀ ਹੈ ਜੀ ਪੜ੍ਹ ਦਿਓ? ਤਿਸ ਸੇਵਕ ਕੇ ਕਾਰਜ ਰਾਸ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਨਾ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਕਾਰਜ ਰਾਸ ਹੋਣ ਦਾ ਮਤਲਬ ਕੀ ਹੈ? ਜੀਵਨ ਸੋਹਣਾ ਬਣ ਗਿਆ, ਜੀਵਨ ਦਾ ਕਾਰਜ ਰਾਸ ਹੋ ਗਿਆ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਕਾਰਜ ਰਾਸ ਹੋ ਗਿਆ, ਹੁਣ ਜੀਵਨ ਸੋਹਣਾ ਬਣ ਗਿਆ, ਜੀਵਨ ਦੇ ਵਿੱਚ ਕ੍ਰਾਂਤੀ ਆ ਗਈ, ਇਹਦੀ ਗੱਲ ਚੱਲਦੀ ਪਈ ਹੈ। ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ। ਕਹਿੰਦੇ ਕਈ ਲੋਕ ਨਾ ਖਾਂਦੇ ਤੇ ਗੁਰੂ ਦਾ ਨੇ, ਖਾਂਦੇ ਕਿਹਦਾ ਨੇ ਜੀ? ਗੁਰੂ ਦਾ। ਪਰ ਕਰਦੇ ਕੀ ਨੇ? ਬਦ ਫੈਲੀਆਂ ਕਰਦੇ ਨੇ, ਭੈੜੇ ਕੰਮ ਕਰਦੇ ਨੇ। ਜਿਸ ਦਾ ਦਿੱਤਾ ਖਾਵਣਾ, ਪੜ੍ਹੋ ਜੀ, ਜਿਸ ਦਾ ਦਿੱਤਾ ਖਾਵਣਾ ਤੇ ਇਸ ਕਹੀ ਹੈ ਸ਼ਾਬਾਸ਼। ਜਿਹਦਾ ਦਿੱਤਾ ਸੀ ਖਾ ਰਹੇ ਹਾਂ ਨਾ, ਸ਼ਾਬਾਸ਼ ਤੇ ਉਹਨੂੰ ਕਹਿਣਾ ਚਾਹੀਦਾ। ਪਰ ਅੱਜ ਹਾਲ ਕੀ ਬਣ ਗਿਆ? ਦਿੱਤਾ ਅਕਾਲ ਪੁਰਖ ਦਾ ਖਾਂਦੇ ਹਾਂ, ਦਾਦਾ ਦਾਤਾ ਇਹ ਕਹਿ ਸਭ ਕੋ ਦੇਵਣਹਾਰ, ਦਿੱਤਾ ਅਕਾਲ ਪੁਰਖ ਦਾ ਖਾਂਦੇ ਹਾਂ, ਪਰ ਸਿਫਤਾਂ ਦੂਜਿਆਂ ਦੀਆਂ। ਦਿੱਤਾ ਗੁਰੂ ਗ੍ਰੰਥ ਸਾਹਿਬ ਦਾ ਖਾਧਾ। ਮੈਂ ਹੁਣ ਆਪਣੀ ਬਰਾਦਰੀ ਵਾਲਿਆਂ ਦੀ ਵੀ ਗੱਲ ਕਰ ਲਵਾਂ। ਬਰਾਦਰੀ ਦਾ ਭਾਵ ਵੀ ਕਥਾਵਾਚਕ ਕੀਰਤਨੀ ਹੈ, ਇਹ ਦੂਜੇ ਪਾਸੇ ਨਾ ਲੈ ਜਾਇਓ, ਜਾਤ ਪਾਤ ਵਾਲੇ ਪਾਸੇ ਵੀ ਆਪਣਿਆਂ ਦੀ ਵੀ ਗੱਲ ਕਰ ਲਵਾਂ। ਬਹੁਤੇ ਮੇਰੇ ਵਰਗੇ ਵੀ ਖਾਂਦੇ ਰੱਬ ਦਾ ਦਿੱਤਾ ਨੇ, ਖਾਂਦੇ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਨੇ, ਪਰ ਜਦੋਂ ਬਾਣੀ ਦੀ ਪੰਗਤੀ ਬੋਲਣਗੇ ਨਾ, ਕਈ ਵਾਰੀ ਸਾਡੇ ਵੱਡੇ ਮਹਾਂਪੁਰਖ ਕਿਹਾ ਕਰਦੇ ਸੀ, ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ, ਪਰ ਸਾਡੇ ਵੱਡੇ ਮਹਾਂਪੁਰਖ ਕਿਹਾ ਕਰਦੇ ਸੀ ਵੀ ਤੁਹਾਡੇ ਵੱਡੇ ਮਹਾਂਪੁਰਖ ਨੇ ਕਿਹੜਾ ਗ੍ਰੰਥ ਲਿਖਿਆ ਮੈਨੂੰ ਦੱਸੇ ਕੋਈ ਵੀ। ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਇੱਦਾਂ ਕਹਿ ਦਿਓ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਾਂ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਨਹੀਂ ਸਾਡੇ ਵੱਡੇ ਮਹਾਂਪੁਰਖ ਕਿਹਾ ਕਰਦੇ ਸੀ ਪੰਗਤੀ ਗੁਰੂ ਗ੍ਰੰਥ ਸਾਹਿਬ ਦੀ, ਪਰ ਸਾਡੇ ਵੱਡੇ ਮਹਾਂਪੁਰਖ ਕਹਿੰਦੇ ਸੀ। ਕਮਾਲ ਦੀ ਗੱਲ, ਇਹਨੂੰ ਕਹਿੰਦੇ ਨੇ ਵੀ ਦੂਜੇ ਪਾਸੇ ਨੂੰ ਤੁਰ ਜਾਣਾ ਵੀ ਖਾਧਾ ਗੁਰੂ ਦਾ ਪਰ ਸ਼ਾਬਾਸ਼ ਕਿਸੇ ਹੋਰ ਨੂੰ ਹੀ ਕਰ ਲਈ। ਵੀ ਮੰਨ ਲਓ ਵੀ ਕੋਈ ਨੋਕੀਆ ਕੰਪਨੀ ਵਾਲਿਆਂ ਕੋਲ ਨਾ ਤਨਖਾਹ ਲੈਂਦਾ ਹੋਵੇ, ਮੋਬਾਈਲ ਦੀ ਕੰਪਨੀ ਨਾ ਨੋਕੀਆ, ਕੋਈ ਨੋਕੀਆ ਕੰਪਨੀ ਵਾਲਿਆਂ ਕੋਲ ਤਨਖਾਹ ਲੈਂਦਾ ਹੋਵੇ ਤੇ ਸੈਮਸੰਗ ਵਾਲਿਆਂ ਦੇ ਗੁਣ ਗਾਉਂਦਾ ਹੋਵੇ, ਹੁਣ ਗੱਲ ਚੰਗੀ ਤਾਂ ਨਹੀਂ ਨਾ? ਵੀ ਭਲਿਆ ਤੈਨੂੰ ਨੋਕੀਆ ਵਾਲੇ ਤਨਖਾਹ ਦੇ ਰਹੇ ਨੇ, ਉਹਨਾਂ ਦੇ ਗੁਣ ਗਾ ਲੈ, ਸੈਮਸੰਗ ਦੇ ਗੁਣ ਨਾ ਗਾ। ਇਹ ਮੋਬਾਈਲ ਦੀਆਂ ਕੰਪਨੀਆਂ ਪਤਾ ਹੀ ਹੋਣਾ ਤੁਹਾਨੂੰ ਵੀ ਕੋਈ ਹੁਣ ਨੋਕੀਆ ਵਾਲਿਆਂ ਕੋਲ ਤਨਖਾਹ ਲਈ ਜਾਵੇ ਤੇ ਸੈਮਸੰਗ ਵਾਲਿਆਂ ਦੇ ਗੁਣ ਗਾਈ ਜਾਵੇ ਤੇ ਗੱਲ ਜੱਜਦੀ ਨਹੀਂ, ਜੇ ਨੋਕੀਆ ਵਾਲਿਆਂ ਕੋਲ ਤਨਖਾਹ ਲਈ ਤੇ ਭਲਿਆ ਉਹਨਾਂ ਦੇ ਗੁਣ ਗਾ। ਹੁਣ ਤਨਖਾਹ ਤੇ ਸਾਰੀ ਮਾਲਕ ਕੋਲੋਂ ਲੈਣੀ ਹੈ, ਗੁਣ ਕਿਸੇ ਹੋਰ ਦੇ ਗਾਈ ਜਾਣੇ ਨੇ। ਵਜ੍ਹਾ ਸਾਹਿਬ ਕਾ ਸੇਵ ਬਿਰ, ਵੀ ਤਨਖਾਹ ਮਾਲਕ ਦੀ ਹੈ ਪਰ ਸੇਵਾ ਦੂਜਿਆਂ ਦੀ। ਗੁਰੂ ਸਾਹਿਬ ਨੇ ਆਖਿਆ ਐਸੇ ਗੁਨਾ ਛਾਦਿਓ ਪ੍ਰਾਨੀ, ਭਲਿਆ ਸੋਚ ਕੀ ਕਰੀ ਜਾਂਦਾ, ਕਿਸ ਪਾਸੇ ਨੂੰ ਤੁਰਿਆ ਹੋਇਆ। ਖਾਏ ਖਾਏ ਕਰੇ ਬਦ ਫੈਲੀ,
ਜਾਣ ਵਿਸ਼ੂ ਕੀ ਵਾੜੀ ਜੀਓ। ਵਿਸ਼ੂ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਇਹੋ ਜਿਹਾ ਬੰਦਾ ਜਿਹੜਾ ਖਾਂਦਾ ਮਾਲਕ ਕੋਲੋਂ ਲੈ ਕੇ ਹੈ ਪਰ ਤਰੀਫਾਂ ਦੂਜਿਆਂ ਦੀਆਂ ਕਰਦਾ ਹੈ ਤੇ ਭੈੜੇ ਕੰਮ ਕਰਦਾ ਹੈ ਨਾ, ਕਹਿੰਦੇ ਐਸੇ ਬੰਦੇ ਨੂੰ ਨਾ ਜ਼ਹਿਰ ਦਾ ਬਗੀਚਾ ਕਹਿਣਾ ਚਾਹੀਦਾ, ਜ਼ਹਿਰ ਦੀ ਬਗੀਚੀ ਆਖੋ ਐਸੇ ਬੰਦੇ ਨੂੰ। ਇਹ ਤਾਂ ਜ਼ਹਿਰ, ਇਹਦੇ ਅੰਦਰ ਨਿਰਾ ਜ਼ਹਿਰ ਹੀ ਹੈ ਤੇ ਇਹ ਜਿਹਦੇ ਕੋਲ ਵੀ ਜਾਵੇਗਾ ਨਾ ਉਹਨੂੰ ਵੀ ਜ਼ਹਿਰ ਹੀ ਵੰਡੇਗਾ। ਜਿਹਦੇ ਕੋਲ ਜ਼ਹਿਰ ਹੋਵੇ ਨਾ ਉਹ ਜ਼ਹਿਰ ਹੀ ਵੰਡਦਾ, ਇਹ ਅੰਮ੍ਰਿਤ ਕਦੀ ਨਹੀਂ ਵੰਡ ਸਕਦਾ। ਗੁਰੂ ਕੋਲ ਅੰਮ੍ਰਿਤ ਹੈ, ਗੁਰੂ ਸਾਰਿਆਂ ਨੂੰ ਅੰਮ੍ਰਿਤ ਦਿੰਦਾ ਹੈ, ਪਰ ਜਿਨ੍ਹਾਂ ਕੋਲ ਜ਼ਹਿਰ ਹੁੰਦਾ ਹੈ ਨਾ ਉਹ ਜ਼ਹਿਰ ਹੀ ਵੰਡਦੇ ਨੇ। ਤੇ ਤੁਸੀਂ ਵੇਖ ਲਓ ਨਾ, ਗੁਰੂ ਦੇ ਦਰ ਦੇ ਉੱਤੇ ਆਓਗੇ ਇੱਥੇ ਰੱਬ ਦੀ ਵਿਚਾਰ ਚੱਲੇਗੀ, ਡੇਰਿਆਂ 'ਚ ਜਾਓਗੇ ਅੱਜ ਬਾਬੇ ਫਿਲਮਾਂ ਵੀ ਬਣਾਉਣ ਲੱਗ ਪਏ ਨੇ। ਜਿਨ੍ਹਾਂ ਕੋਲ ਜ਼ਹਿਰ ਹੈ ਉਹਨਾਂ ਨੇ ਜ਼ਹਿਰ ਹੀ ਵੰਡਣਾ, ਗਾਣੇ ਗਾਏ ਜਾ ਰਹੇ, ਬਹੁਤਿਆਂ ਦੇ ਭੰਗੜੇ ਪੈ ਰਹੇ ਨੇ, ਬਹੁਤ ਕੁਝ ਚੱਲਦਾ ਜੀ ਸਾਡੇ ਸਮਾਜ ਦੇ ਵਿੱਚ। ਖੈਰ